ਇਹ ਤਸਵੀਰਾਂ ਨੇ ਜਲੰਧਰ ਦੇ ਪਿੰਡ ਉੱਪਲ ਭੂਪਾਂ ਦੀਆਂ, ਜਿਸ ਨੂੰ ਵੇਖ ਕੇ ਬਾਲੀਵੁੱਡ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੂੰ ਆਈਡੀਆ ਆਇਆ ਸ਼ਾਹਰੁਖ ਖਾਨ ਦੀ ਫਿਲਮ ਡੰਕੀ ਬਣਾਉਣ ਦਾ। ਇਹ ਤਸਵੀਰਾਂ ਦੇ ਵਿੱਚ ਜੋ ਜਹਾਜ਼ ਵਾਲਾ ਘਰ ਤੁਸੀਂ ਦੇਖ ਪਾ ਰਹੇ ਹੋ, ਐਸੇ ਨੂੰ ਦੇਖਦੇ ਹੋਏ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਕਿ ਆਖਿਰਕਾਰ ਇਸ ਪਿੰਡ ਦੇ ਵਿੱਚ ਇੰਨੇ ਜਹਾਜ਼ ਜਾਂ ਫਿਰ ਟੈਂਕੀਆਂ ਦੇ ਐਸੇ ਰੂਪ ਕਿਉਂ ਨੇ। ਜਿਸ ਤੋਂ ਬਾਅਦ ਉਹਨਾਂ ਨੇ ਰਿਸਰਚ ਕੀਤੀ ਤੇ ਫਿਰ ਫਿਲਮ ਡੰਕੀ ਤੇ ਕੰਮ ਕੀਤਾ। ਜੀ ਹਾਂ, ਕਹਿੰਦੇ ਨੇ ਨਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਪੰਜਾਬੀ ਤਾਂ ਇਸੇ ਗੱਲ ਕਰਕੇ ਜਾਣੇ ਜਾਂਦੇ ਨੇ। ਤੁਹਾਨੂੰ ਜਲੰਧਰ ਦੇ ਪਿੰਡ ਉੱਪਲ ਭੂਪਾ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਜਿੱਥੇ ਹਰ ਘਰ ਦੇ ਉੱਤੇ ਕੋਈ ਆਮ ਟੈਂਕੀ ਨਹੀਂ ਹੈ, ਬਲਕਿ ਏਅਰ ਇੰਡੀਆ ਦਾ ਜਹਾਜ਼ ਹੈ ਜਾਂ ਫਿਰ ਪਾਣੀ ਵਿੱਚ ਚੱਲਣ ਵਾਲਾ ਸ਼ਿਪ ਜਾਂ ਫਿਰ ਸ਼ੇਰ ਜਾਂ ਫਿਰ ਕੁਝ ਹੋਰ। ਤੁਹਾਨੂੰ ਦੱਸ ਦੇ ਕਿ ਪਿੰਡ ਵਿੱਚ ਹਰ ਇੱਕ ਛੱਤ 'ਤੇ ਤੁਹਾਨੂੰ ਇੱਕ ਵੱਖਰੀ ਚੀਜ਼ ਦੇਖਣ ਨੂੰ ਮਿਲੇਗੀ। ਕਿਸੇ 'ਤੇ ਤੁਹਾਨੂੰ ਜਿਹੜਾ ਕਿ ਇੱਕ ਬਹੁਤ ਵੱਡਾ ਜਹਾਜ਼ ਦੇਖਣ ਨੂੰ ਮਿਲੇਗਾ, ਕਿੱਥੇ ਤੁਹਾਨੂੰ ਇੱਕ ਪਾਣੀ ਵਾਲੀ ਸ਼ਿਪ ਵੇਖਣ ਨੂੰ ਮਿਲੇਗੀ, ਉਸੇ ਤਰ੍ਹਾਂ ਵੱਖਰੀ ਵੱਖਰੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਦੀ ਰਹੇਗੀ। ਤੁਹਾਨੂੰ ਦੱਸ ਦੇ ਕਿ ਹਰ ਇੱਕ ਚੀਜ਼ ਪਿੱਛੇ ਇੱਕ ਵੱਖਰੀ ਸਟੋਰੀ ਹੈ, ਇੱਕ ਵੱਖਰੀ ਕਹਾਣੀ ਹੈ, ਕਿਉਂਕਿ ਜ਼ਿਆਦਾਤਰ ਲੋਕ ਇੱਥੇ ਜਿਹੜੇ ਕਿ ਵਿਦੇਸ਼ਾਂ ਵਿੱਚ ਹੀ ਵੱਸਦੇ ਹੈ ਅਤੇ ਇਸ ਕਰਕੇ ਹਰ ਇੱਕ ਚੀਜ਼ ਪਿੱਛੇ ਇੱਕ ਵੱਖਰੀ ਕਹਾਣੀ ਹੈ। ਜਿਸ ਤਰ੍ਹਾਂ ਇੱਕ ਜਹਾਜ਼ ਬਣਿਆ ਵਾ, ਕਿਹਾ ਜਾ ਰਿਹਾ ਕਿ ਜਦੋਂ ਬਾਪੂ ਨੇ ਆਪਣੇ ਬੱਚਿਆਂ ਨੂੰ ਬਾਹਰੋਂ ਵਾਪਸ ਸੱਦਣਾ ਸੀਗਾ ਅਤੇ ਬੱਚੇ ਕਹਿੰਦੇ ਕਿ ਬਾਪੂ ਇੱਕ ਵੱਖਰੀ ਚੀਜ਼ ਬਣਾ, ਜਿਸ ਤੋਂ ਬਾਅਦ ਬਾਪੂ ਨੇ ਕਹਿ ਸਕਦੇ ਹੈ ਲੱਖਾਂ ਕਰੋੜ ਰੁਪਏ ਲਾ ਕੇ ਇੱਕ ਬਹੁਤ ਵੱਡਾ ਜਹਾਜ਼ ਘਰ ਦੇ ਉੱਤੇ ਖੜਾ ਕਰ ਦਿੱਤਾ ਵੈ, ਜੋ ਕਿ ਪੂਰਾ ਪਰਿਵਾਰ ਹੁਣ ਇੰਗਲੈਂਡ ਵਿੱਚ ਵੱਸਦਾ ਵੈ ਅਤੇ ਕਦੀ ਕਦੀ ਇੱਥੇ ਆਉਂਦਾ ਵੈ ਅਤੇ ਆਪਣੇ ਜਿਹੜੇ ਕਿ ਇੱਥੇ ਸਮਾਂ ਚੰਗਾ ਗੁਜ਼ਾਰਦਾ ਹੈ। ਉੱਥੇ ਹੀ ਬਾਲੀਵੁੱਡ ਦੇ ਕਿੰਗ ਖਾਨ ਦੀ ਫਿਲਮ ਡੰਕੀ ਦੇ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਵੀ ਐਸੇ ਪਿੰਡ ਦਾ ਜ਼ਿਕਰ ਕੀਤਾ ਸੀ। ਪੰਜਾਬ ਦਾ ਇਹ ਪਿੰਡ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ, ਕਿਉਂਕਿ ਇਸ ਪਿੰਡ ਦੇ ਵਿੱਚ ਜਦ ਵੀ ਕੋਈ ਐਂਟਰ ਕਰਦਾ ਹੈ ਤਾਂ ਇਹਨਾਂ ਘਰਾਂ ਨੂੰ ਬਸ ਦੇਖਦਾ ਹੀ ਰਹਿ ਜਾਂਦਾ ਹੈ, ਕਿਉਂਕਿ ਇੱਥੇ ਦੀਆਂ ਜੋ ਟੈਂਕੀਆਂ ਨੇ ਉਹ ਕੁਝ ਇਸੇ ਤਰ੍ਹਾਂ ਦੇ ਨਾਲ ਬਣੀਆਂ ਹੋਈਆਂ ਨੇ ਤੇ ਇਹਨਾਂ ਟੈਂਕੀਆਂ ਦੇ ਪਿੱਛੇ ਵੀ ਖਾਸ ਕਹਾਣੀ ਹੈ, ਕਿਉਂਕਿ ਇਸ ਹਰ ਘਰ ਦਾ ਕੋਈ ਨਾ ਕੋਈ ਸ਼ਖਸ ਬਾਹਰ ਵੱਸਦਾ ਹੈ, ਬਾਹਰੋਂ ਪੈਸੇ ਭੇਜਦਾ ਹੈ ਤੇ ਘਰ ਦੀ ਉਸਾਰੀ ਕੁਝ ਇਸ ਕਦਰ ਕੀਤੀ ਜਾਂਦੀ ਹੈ। ਘਰ ਦੇ ਉੱਤੇ ਲੱਗੀਆਂ ਟੈਂਕੀਆਂ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਦਾ ਘਰ ਦਾ ਬੰਦਾ ਕਿਹੜੇ ਦੇਸ਼ ਦੇ ਵਿੱਚ ਵੱਸਦਾ ਹੈ। ਸਾਡਾ ਪਿੰਡ ਜੀ ਖਾਸ ਇਸ ਕਰਕੇ ਜੀ, ਸਾਰਾ ਪਿੰਡ ਐਨਆਰਆਈਆਂ ਦਾ ਪਿੰਡ ਹੈ ਜੀ। ਇਹ ਸਾਰਾ ਪਿੰਡ ਤਕਰੀਬਨ ਬਾਬੇ ਆਦਮ ਦੇ ਟਾਈਮ ਤੋਂ ਹੀ ਵਿਦੇਸ਼ਾਂ ਦੇ ਵਿੱਚ ਗਏ ਹੋਏ ਹਨ ਇਸ ਪਿੰਡ ਦੇ ਲੋਕ। ਇਸ ਕਰਕੇ ਪਿੰਡ ਦੇ ਵਿੱਚ ਉਹਨਾਂ ਨੂੰ ਖਿੱਚ ਰਹਿੰਦੀ ਆਪਣੇ ਪਿੰਡ ਲਈ, ਅਤੇ ਇਸ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਘਰ ਮਕਾਨ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਹਨ ਅਤੇ ਉਹਨਾਂ ਨੇ ਆਪਣੇ ਮਕਾਨਾਂ ਦੇ ਵਿੱਚ ਬਹੁਤ ਵਧੀਆ ਵਧੀਆ ਜਿੱਦਾਂ ਆਪਣੇ ਟੈਂਕੀਆਂ ਬਣਾਈਆਂ ਹਨ, ਵੀ ਇਸ ਕਰਕੇ ਇਹ ਪਿੰਡ ਬਹੁਤ ਆਕਰਸ਼ਿਤ ਗਿਆ ਵੀ ਸਾਰੇ ਲੋਕ ਦੇਖਣ ਆਉਂਦੇ ਆ। ਅਸੀਂ ਵੇਖਦੇ ਕਿ ਬੜੀ ਸ਼ਾਨਦਾਰ ਟੈਂਕੀਆਂ ਹੈਗੀਆਂ। ਹਾਂਜੀ ਹਾਂਜੀ, ਇੱਕ ਇਹ ਤੇ ਇੱਕ ਜਹਾਜ਼ ਇੱਕ ਘਰ ਦੇ ਉੱਤੇ ਖੜਾ ਹੋਇਆ। ਹਾਂਜੀ ਹਾਂਜੀ ਸਰ, ਉਹਦੇ ਪਿੱਛੇ ਕੀ ਕਹਾਣੀ ਹੈ, ਕੌਣ ਹੈ, ਕੌਣ ਉਹ ਲੋਕ? ਉਹ ਪਰਿਵਾਰ ਜੀ ਵਿਦੇਸ਼ਾਂ ਦੇ ਵਿੱਚ ਗਏ ਹਨ, ਇੰਗਲੈਂਡ ਦੇ ਵਿੱਚ ਹਨ, ਯੂਕੇ ਦੇ ਵਿੱਚੋਂ ਪੱਕੇ ਹਨ ਪਰਿਵਾਰ, ਉਹਨਾਂ ਦੇ ਬਹੁਤ ਵਧੀਆ ਉੱਥੇ ਹੋਟਲ ਚੱਲਦੇ ਹਨ ਅਤੇ ਇਸ ਕਰਕੇ ਹੁਣ ਪਰਿਵਾਰ ਨੇ ਉਹਨਾਂ ਪਰਿਵਾਰ ਇੱਥੇ ਇੰਡੀਆ ਦੇ ਵਿੱਚ ਆਉਂਦੇ ਨਹੀਂ ਸੀ, ਉਹ ਕਹਿੰਦੇ ਪਾਪਾ ਜੀ ਤੁਸੀਂ ਵਧੀਆ ਕੋਈ ਚੀਜ਼ ਬਣਾਵੋ ਵੀ ਅਸੀਂ ਇੰਡੀਆ ਦੇ ਵਿੱਚ ਤਾਂ ਆਈਏ। ਫਿਰ ਉਹਨਾਂ ਨੇ ਕਾਫੀ ਤਕਰੀਬਨ 30-35 ਲੱਖ ਰੁਪਏ ਉਦੋਂ ਖਰਚ ਕਰਕੇ ਤਕਰੀਬਨ ਉਦੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੰਡੀਆ ਬੁਲਾਉਣ ਲਈ ਖਾਸ ਕਰਕੇ ਜਹਾਜ਼ ਬਣਾਇਆ, ਜਿਹਦੇ ਕਰਕੇ ਉਹ ਜਹਾਜ਼ ਬਣਿਆ। ਇੱਥੇ ਉਹਨਾਂ ਨੇ ਬਹੁਤ ਵਧੀਆ ਕਾਰੀਗਰ ਸੀ ਸਾਡੇ ਨਾਲ ਦੇ ਪਿੰਡ ਅਤੇ ਉਹਨਾਂ ਨੇ ਬਹੁਤ ਵਧੀਆ ਜਹਾਜ਼ ਬਣਾਇਆ, ਇਸ ਕਰਕੇ ਉਹ ਫਿਰ ਖਾਸ ਤੌਰ 'ਤੇ ਪਰਿਵਾਰ ਵਿਦੇਸ਼ਾਂ ਦੇ ਵਿੱਚ ਇੰਡੀਆ ਵਿੱਚ ਆਏ ਇਸ ਜਹਾਜ਼ ਦੇਖਣ ਨੂੰ। ਜੇ ਗੱਲ ਕਰੀਏ ਕਿੰਨੀ ਕੁ ਕੀਮਤ ਦਾ ਹੋਊਗਾ, ਉਸ ਸਮੇਂ ਮੰਨਿਆ ਹੋਊਗਾ ਉਸ ਟਾਈਮ ਜੀ 30-35 ਲੱਖ ਦੱਸਦੇ ਇਹਦੀ ਤਕਰੀਬਨ ਖਰਚ ਆਇਆ ਸੀਗਾ, ਹੁਣ ਤਾਂ ਬਹੁਤ ਜ਼ਿਆਦਾ ਖਰਚ ਆ ਜਾਣਾ, ਉਸ ਟਾਈਮ ਦਾ ਕੁਛ 30-35 ਲੱਖ ਰੁਪਈਆ ਇੱਥੇ ਖਰਚ ਆਇਆ ਸੀਗਾ। ਹੋਰ ਵੀ ਮੈਂ ਘਰ ਦੇਖ ਰਿਹਾ ਮੈਂ ਜਿੱਥੇ ਪਾਣੀ ਦਾ ਜਹਾਜ਼ ਵੀ ਬਣਿਆ ਹੋਇਆ, ਹੋਰ ਵੀ ਖਰੀਦਦਾ ਰਿਹਾ, ਹਰ ਇੱਕ ਘਰ ਦੇ ਪਿੱਛੇ ਕਹਿ ਸਕਦਾ ਵੱਖਰੀ ਕਹਾਣੀ ਹੈ। ਹਾਂਜੀ, ਕਹਾਣੀ ਇੱਦਾਂ ਹੀ ਹੈ ਜੀ, ਵਿਦੇਸ਼ਾਂ ਵਿੱਚ ਗਏ ਹਨ, ਇੱਕ ਪਰਿਵਾਰ ਸ਼ਿਪ ਵਾਲਾ ਪਰਿਵਾਰ ਆ, ਇਹ ਹਾਂਗਕਾਂਗ ਦੇ ਵਿੱਚ ਸੈੱਟ ਆ ਪਰਿਵਾਰ, ਇਹ ਜਿੱਦਾਂ ਹਾਂਗਕਾਂਗ ਦੇ ਵਿੱਚ ਗਏ ਸੀਗੇ
ਤੇ ਸ਼ਿਪ ਦੇ ਵਿੱਚ ਗਏ ਹੋਣੇ ਆ ਤੇ ਉਹਨੇ ਸ਼ਿਪ ਬਣਾਇਆ ਆਪਣੇ ਕੋਠੇ ਦੇ ਉੱਤੇ। ਹਾਂਜੀ ਏਦਾਂ ਹੈ ਜੀ। ਤੇ ਲੋਕ ਆਉਂਦੇ ਰਹਿੰਦੇ ਵੇਖਣ ਵਾਸਤੇ ਬਾਹਰੋਂ? ਹਾਂਜੀ ਬਹੁਤ ਆਉਂਦੇ ਜੀ, ਇਸ ਪਿੰਡ ਦੀ ਬਹੁਤ ਵੀਡੀਓ ਨੈੱਟ ਦੇ ਉੱਤੇ ਵੀ ਪਈਆਂ ਹੋਈਆਂ ਹਨ ਪਹਿਲੇ ਟਾਈਮ ਤੋਂ ਵੀ। ਹਾਂਜੀ ਇਹ ਬਹੁਤ ਆਕਰਸ਼ਕ ਪਿੰਡ ਆ, ਬਹੁਤ ਜ਼ਿਆਦਾ ਲੋਕ ਇੱਥੇ ਆਉਂਦੇ ਆ ਦੇਖਣ। ਇਹਨੂੰ ਉੱਪਲ ਭੂਪਾ ਵੀ ਕਹਿੰਦੇ ਹਨ, ਜਹਾਜ਼ ਵਾਲਾ ਉੱਪਲ ਭੂਪਾ ਵੀ ਕਹਿੰਦੇ ਹਨ, ਕਹਿ ਦਿੰਦੇ ਹਨ। ਇੱਕ ਬਾਲੀਵੁੱਡ ਦੀ ਫਿਲਮ ਆ ਰਹੀ ਹੈਗੀ ਆ, ਉਹਦੇ ਵਿੱਚ ਵੀ ਪਿੰਡ ਦਾ ਜ਼ਿਕਰ ਹੋ ਰਿਹਾ ਵਾ, ਪਿੰਡ ਦੀਆਂ ਚੀਜ਼ਾਂ ਨਜ਼ਰ ਆ ਰਿਹਾ। ਇੱਕ ਬਹੁਤ ਵੱਡੇ ਕੈਸਟ ਸਟਾਰ ਸ਼ਾਹਰੁਖ ਖਾਨ ਉਹ ਨਜ਼ਰ ਆ ਦਿਖਾਈ ਦੇ ਰਹੇ ਹੈਗੇ ਆ। ਅੱਛਾ ਜੀ। ਤੇ ਕਿਸ ਤਰ੍ਹਾਂ ਲੱਗ ਰਿਹਾ ਕਿ ਹਾਂ ਸਾਡਾ ਪਿੰਡ ਹੁਣ ਕੈਸਟ ਇੱਕ ਵੱਡੀ ਸਕਰੀਨ ਤੇ ਵੇਖਿਆ ਜਾ ਰਿਹਾ? ਸਰ ਬਹੁਤ ਵਧੀਆ ਗੱਲ ਆ ਜੀ, ਜੋ ਸਾਡਾ ਪਿੰਡ ਵੱਡੀ ਸਕਰੀਨ ਤੇ ਆਵੇਗਾ ਤੇ ਇਹਦੇ ਨਾਲ ਸਾਡੇ ਪਿੰਡ ਦੀ ਹੋਰ ਜ਼ਿਆਦਾ ਪ੍ਰਚਲਿਤ ਹੋਊਗਾ, ਹੋਰ ਵੀ ਲੋਕੀ ਦੇਖਣ ਆਉਣਗੇ ਆਕਰਸ਼ਕ ਹੋ ਕੇ। ਵਧੀਆ ਗੱਲ ਹੈ, ਇਸ ਗੱਲ ਅਸੀਂ ਵਧੀਆ ਕਹਾਂਗੇ।